ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਤੁਹਾਨੂੰ ਅਸੀਂ ਕੈਨੇਡਾ ਬਾਰੇ ਕੁਝ ਦਿਲਚਸਪ ਗੱਲਾਂ ਦੱਸਣ ਜਾ ਰਹੇ ਹਾਂ। ਕੈਨੇਡਾ ਅਮਰੀਕਾ ਦੇ ਉੱਤਰ ਵਿੱਚ ਸਥਿਤ ਇੱਕ ਬਹੁਤ ਹੀ ਖੂਬਸੂਰਤ ਦੇਸ਼ ਹੈ। ਕੈਨੇਡਾ ਇੱਕ ਵਿਕਸਿਤ ਦੇਸ਼ ਹੈ। ਕੈਨੇਡਾ ਦੀ ਰਾਜਧਾਨੀ ਓਟਾਵਾ ਸ਼ਹਿਰ ਹੈ। ਟੋਰਾਂਟੋ ਸ਼ਹਿਰ ਕੈਨੇਡਾ ਦਾ ਸਭ ਤੋਂ ਵੱਡਾ ਸ਼ਹਿਰ ਹੈ। ਕੈਨੇਡਾ ਦਾ ਕੁੱਲ ਏਰੀਆ 99,84,000 ਵਰਗ ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ। ਕੈਨੇਡਾ ਦੀ ਕੁੱਲ ਆਬਾਦੀ 3,70,00,000 ਹੈ, ਜਿਸ ਦੇ ਵਿੱਚ 68% ਕ੍ਰਿਸਚਨ, 3.2% ਮੁਸਲਿਮ, 1.4% ਹਿੰਦੂ ਅਤੇ 1.4% ਸਿੱਖ ਅਤੇ ਹੋਰ ਕਈ ਧਰਮਾਂ ਦੇ ਲੋਕ ਰਹਿੰਦੇ ਹਨ। ਕੈਨੇਡਾ ਵਿੱਚ ਲਗਭਗ 56% ਦੇ ਕਰੀਬ ਲੋਕਾਂ ਕੋਲ ਕਾਲਜ ਦੀਆਂ ਡਿਗਰੀਆਂ ਹਨ। ਕੈਨੇਡਾ ਦਾ ਐਜੂਕੇਸ਼ਨ ਸਿਸਟਮ ਕਾਫ਼ੀ ਉੱਤਮ ਮੰਨਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਇੱਥੇ ਹਰ ਸਾਲ ਕਈ ਦੇਸ਼ਾਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸਟੂਡੈਂਟ ਕੈਨੇਡਾ ਪੜ੍ਹਨ ਲਈ ਆਉਂਦੇ ਹਨ, ਜਿਨ੍ਹਾਂ ਵਿੱਚ ਭਾਰਤੀ ਸਟੂਡੈਂਟ ਵੀ ਸ਼ਾਮਲ ਹਨ। ਕੈਨੇਡਾ ਵਿੱਚ ਸਾਰੀ ਦੁਨੀਆ ਦੀਆਂ 60% ਝੀਲਾਂ ਪਾਈਆਂ ਜਾਂਦੀਆਂ ਹਨ। ਇਸ ਨੂੰ ਝੀਲਾਂ ਦਾ ਦੇਸ਼ ਵੀ ਕਿਹਾ ਜਾਂਦਾ ਹੈ। ਦੀ ਗ੍ਰੇਟ ਬੀਅਰ ਕੈਨੇਡਾ ਦੀ ਸਭ ਤੋਂ ਵੱਡੀ ਝੀਲ ਹੈ। ਕੈਨੇਡਾ ਨੂੰ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਸ਼ਾਂਤੀਪੂਰਵਕ ਦੇਸ਼ਾਂ ਵਿੱਚ ਸ਼ਾਮਿਲ ਕੀਤਾ ਗਿਆ ਹੈ। ਕੈਨੇਡਾ ਦਾ ਨੈਸ਼ਨਲ ਡੇ 1 ਜੁਲਾਈ ਨੂੰ ਮਨਾਇਆ ਜਾਂਦਾ ਹੈ। ਕੈਨੇਡਾ ਵਿੱਚ ਦੁਨੀਆ ਦੇ ਕਿਸੇ ਵੀ ਹੋਰ ਦੇਸ਼ ਦੇ ਮੁਕਾਬਲੇ ਸਭ ਤੋਂ ਵੱਧ ਮੈਕਰੋਨੀ ਅਤੇ ਚੀਜ਼ ਖਾਇਆ ਜਾਂਦਾ ਹੈ। ਕੈਨੇਡਾ ਦੇ ਕੁਝ ਟੂਰਿਸਟ ਪਲੇਸ ਜੋ ਕਿ ਬਹੁਤ ਮਸ਼ਹੂਰ ਹਨ, ਉਹਨਾਂ ਦੇ ਨਾਮ ਹਨ ਨਿਆਗਰਾ ਫੋਲ, ਸੀਐਨ ਟਾਵਰ, ਵੈਨਫ ਨੈਸ਼ਨਲ ਪਾਰਕ ਕੈਨੇਡਾ ਅਤੇ ਸਟੈਨਲੇ ਪਾਰਕ। ਕੈਨੇਡਾ ਵਿੱਚ ਹਰ ਸਾਲ 30,000 ਭਾਰਤੀ ਕੈਨੇਡਾ ਆਉਂਦੇ ਹਨ, ਜਿਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਸੰਖਿਆ ਸਿੱਖ ਸਮੁਦਾਇ ਦੇ ਲੋਕਾਂ ਦੀ ਹੁੰਦੀ ਹੈ। ਸਿੱਖ ਸਮੁਦਾਇ ਦੇ ਲੋਕ ਕੈਨੇਡਾ ਆਉਣਾ ਬਹੁਤ ਪਸੰਦ ਕਰਦੇ ਹਨ, ਕਿਉਂਕਿ ਕੈਨੇਡਾ ਵਿੱਚ ਇੰਗਲਿਸ਼ ਅਤੇ ਫ੍ਰੈਂਚ ਤੋਂ ਬਾਅਦ ਤੀਜੀ ਓਫੀਸ਼ਲ ਲੈਂਗੁਏਜ ਪੰਜਾਬੀ ਹੈ। ਕੈਨੇਡਾ ਨੂੰ ਮਿੰਨੀ ਪੰਜਾਬ ਵਜੋਂ ਵੀ ਜਾਣਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਪੰਜਾਬੀ ਇੱਥੇ ਕਾਫ਼ੀ ਸੰਖਿਆ ਵਿੱਚ ਆਉਂਦੇ ਹਨ। ਇਹ ਸਨ ਕੈਨੇਡਾ ਦੇ ਕੁਝ ਅਮੇਜ਼ਿੰਗ ਫੈਕਟਸ। ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ। ਸਾਡੀ ਵੀਡੀਓ ਨੂੰ ਦੇਖਣ ਲਈ ਬਹੁਤ ਬਹੁਤ ਧੰਨਵਾਦ, ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਅਤੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ।